सिमरंत नानक राम दामोदर माधव। सिर मस्तक रखे अपार ब्रह्म, हस्त काया रखे परमेश्वर, आत्म रखे गोपाल स्वामी, धन चरण रखे जगदीशर, सर्प रखे गुरदयाल, पै दुख विनाशन भगत वच्छ अनाथ नाथ, शरण नानक पुरख अच्युत। मन का बेसारे ओ राम नाम, मन का बेसारे ओ राम नाम, मन का चा
कुछ संग ना जाने समझ ले मन कहां बिसारे नारायण होए संग भक्त नारायण हो
कहा बिसाण्यो रामना तन बिन से जम से परे कहा बिसाण्यो रामना कहा भूल्यो रे कहा भूल्यो रे झूठे
असर भी चेतना है तो चेत ले निस दिन मैं प्राणी छिन छिन आग बिहात है फूटे काट ज्यो पानी हर गुण काहे ना गावई मूरख आगे आना झूठे लालच लाग के नह मर बचाना अज हूं कछ बिगड़ो नहीं जो प्रभु गुण गावे अज हूं कछ बिगड़ो नहीं जो प्रभु गुण गावे कहो नानक ते भजन दे निर्भय पद पावे अवसर बीते हो जाते हैं अवसर बीते हो जाते हैं
छिन छिन तन छीचे जरा जनावे अवसर बीते हो जात है बीत जय है बीत जय है जन्म अकाज रे निस्तिन सुन के प्राण समझत नेरे अजान काल तो पहुंचे हो I'm not afraid to die.
बिन से छिन साची मान साची मान कहा भूले होए झूठे लोग कहा भूले होए झूठे लोग कछ दिख रहे हो Yeah.
अब मैं कौन उपाय करूं, अब मैं कौन उपाय मैं
ਆਪ ਮੈਂ ਕੌਣ ਉਪਾਓ ਆਪ ਮੈਂ ਕੌਣ ਉਪਾਓ ਗਿਆਨ ਨਾ ਉਪਜੇ ਬਸ ਜਿਉਂ ਉਦੈ ਬਿਰਦ ਪਛਾਨੋ ਕੈਰਸ ਨਹਿ ਕੀਰਤ ਪ੍ਰਭ ਗਾਈ ਜਗ ਝੂਠੇ ਕੋ ਸਾਚ ਜਾਣ ਕੈ ਤਾਸਿਓ ਰੁਚ ਉਪਜਾਈ ਦੀਨ ਬੰਦ ਸਿਮਰਿਓ ਮੈਂ ਕਬਹੂ ਹੋਤ ਜੋ ਸੰਗ ਸਹਾਈ ਮਗਨ ਰਹਿਓ ਮਗਨ ਰਹਿਓ ਮਾਇਆ ਮੈਂ ਨਿਸ ਦਿਨ ਛੁੱਟੀ ਨਾ ਮਨ ਕੀ ਕਾਇ ਕਹ ਨਾਨਕ ਕਹ ਨਾਨਕ ਮੈਂ ਇਹੀ ਭਰੋਸੈ ਕਹੀ ਆ ਸਰਣਾਈ ਕਹ ਨਾਨਕ ਪ੍ਰਭ ਬਿਰਦ ਪਛਾਨੋ ਤਬ ਹਾਂ
ਸਤਸੰਗ ਜੀਓ, ਕੀਰਤਨ ਦਾ ਬਖਸ਼ਿਆ ਹੋਇਆ ਸਮਾਂ ਸੰਪੂਰਨ ਹੋ ਰਿਹਾ ਹੈ, ਇਖਤਤਾਮ ਤੇ ਆਇਆ ਹੈ। ਮੇਰੀ ਹੱਥ ਬੰਨ ਕੇ ਬੇਨਤੀ ਹੈ ਆਪ ਸਾਰਿਆਂ ਦੇ ਚਰਨਾਂ ਵਿੱਚ ਜ਼ਰਾ ਬੁਲੰਦ ਆਵਾਜ਼ੀ ਨਾਲ ਕਿਰਪਾ ਕਰੀਏ ਔਰ ਆਪਣੀ ਬੇਦਨ ਜੋ ਸਤਿਗੁਰਾਂ ਨੇ ਸ਼ਬਦ ਰਾਹੀਂ ਦਸਰਿਆਂ ਦੀ ਸੰਤਾਂ ਦੀ ਬੇਦਨ ਪੁਚਾਈ ਅਕਾਲ ਪੁਰਖ ਤੱਕ ਅਰਦਾਸ ਰੂਪ ਵਿੱਚ ਕੀ ਆਖਿਆ, ਅਬ ਮੈਂ ਕੌਣ ਉਪਾਓ ਕਰੋ ਜੇ ਬਿਦ ਮਨ ਕੋ ਸੰਸਾ ਚੁੱਕੇ ਭਾਉ ਨਿਧ ਪਾਰ ਪਰੋ। ਸਭ ਆਖੋ ਜੀ, ਫਿਰ ਸਮਾਪਤੀ ਕੀਤੀ। ਅਬ ਮੈਂ ਪੜ੍ਹਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਗਲਤੀਆਂ ਦੀ ਖਿਮਾ ਦੇ ਦੇਣੀ। ਆਪ ਸਾਰੀਆਂ ਹੀ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ, ਲੱਖ ਲੱਖ ਸ਼ੁਕਰਾਨਾ ਹੈ ਸਮੂਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਜਿਨ੍ਹਾਂ ਨੇ ਆਪ ਸੰਗਤਾਂ ਦੀ ਕੀਰਤਨ ਦੁਆਰਾ ਸੇਵਾ ਕਰਨ ਵਾਸਤੇ ਦਸਰਿਆਂ ਨੂੰ ਹੁਕਮ ਕੀਤਾ। ਅਬਾਬੌਲ ਸਾਰਿਆਂ ਤੋਂ ਉੱਪਰ ਦੀਨ ਦੁਨੀ ਦੇ ਮਾਲਕ ਸ਼ਬਦਾ ਅਵਤਾਰ ਸਤਿਗੁਰੂ, ਬਾਣੀ ਕੇ ਬੋਹਿਤ ਸਤਿਗੁਰੂ, ਕਲਯੁਗ ਕੇ ਉਧਾਰ ਕਰਤਾ ਸਤਿਗੁਰੂ, ਦਸਾਂ ਹੀ ਪਾਤਸ਼ਾਹੀਆਂ ਦੀ ਆਤਮਿਕ ਜੋਤ ਸਰੂਪ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ, ਲੱਖ ਲੱਖ ਸ਼ੁਕਰਾਨਾ ਹੈ ਜੀ। ਆਗਿਆ ਬਖਸ਼ੋ, ਗੱਜ ਵੱਜ ਕੇ ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਹਰਜੋਤ ਸਿੰਘ ਜੀ ਜ਼ਖਮੀ ਅਤੇ ਉਹਨਾਂ ਦੇ ਸਾਥੀਆਂ ਦਾ। ਵਿਸ਼ੇਸ਼ ਕਰ ਮੈਂ ਸਾਥੀਆਂ ਦੇ ਨਾਲ ਨਾਲ ਪਰਿਵਾਰ ਦਾ ਕਵਾਂ ਤਾਂ ਜ਼ਿਆਦਾ ਅੱਛੀ ਗੱਲ ਹੈ। ਇਹ ਪੂਰਾ ਪਰਿਵਾਰ ਗੁਰਬਾਣੀ ਦੀ ਸੇਵਾ ਵਿੱਚ, ਖੁਦ ਪਹਿਲਾਂ ਤਬਲੇ 'ਤੇ ਰਹੇ, ਹੁਣ ਆਪਣੇ ਬੱਚੇ ਨੂੰ ਤਬਲੇ ਦੇ ਉੱਤੇ ਤਿਆਰ ਕਰ ਦਿੱਤਾ, ਔਰ ਇਹ ਪਰੰਪਰਾ ਪਰਿਵਾਰਕ ਰੂਪ ਦੇ ਅੰਦਰ ਨਿਰੰਤਰ ਗੁਰਬਾਣੀ ਦੀ ਸੇਵਾ 'ਚ ਜੁੜੀ ਰਹੇਗੀ। ਔਰ ਮੈਂ ਬਹੁਤ ਬਹੁਤ ਧੰਨਵਾਦ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ, ਔਰ ਆਸ ਹੈ ਕਿ ਇੱਦਾਂ ਹੀ ਜਦੋਂ ਅਸੀਂ ਬੇਨਤੀ ਕਰਾਂਗੇ ਤੁਸੀਂ ਸਾਡੀ ਸੇਵਾ, ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਰਹੋਗੇ। ਬਹੁਤ ਬਹੁਤ ਧੰਨਵਾਦ। ਹੁਣ ਮੈਂ ਬੇਨਤੀ ਕਰਨ ਜਾ ਰਿਹਾ ਹਾਂ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ। ਇਹ ਸ਼ਾਇਦ ਕਿਸੇ ਇੰਟਰੋਡਕਸ਼ਨ ਦੇ ਮੁਹਤਾਜ ਨਹੀਂ। ਅੱਜ ਸ਼ਾਇਦ ਕੋਈ ਐਸਾ ਕੀਰਤਨ ਦਰਬਾਰ ਹੋਏਗਾ ਜਿਹੜਾ ਕਿ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਦੀ ਕੀਰਤਨ ਤੋਂ ਨਾਲ ਸੰਪੂਰਨ ਨਾ ਹੁੰਦਾ ਹੋਵੇ। ਗੁਰੂ ਰਾਮਦਾਸ ਦੀ ਨਗਰੀ ਤੋਂ ਆਉਣ ਵਾਲੀ ਹਰ ਹਵਾ ਜਿਹੜੀ ਹੈ ਉਹ ਆਨੰਦਮਈ ਹੈ, ਔਰ ਉੱਥੋਂ ਕੀਰਤਨ ਦੀ ਪਰੰਪਰਾ ਨੂੰ ਲੈ ਕੇ ਸੰਗਤਾਂ ਦੇ ਵਿੱਚ ਹਾਜ਼ਰੀ ਲਵਾਉਣ ਪੁੱਜੇ ਨੇ ਜੀ ਆਇਆਂ ਨੂੰ। ਇਸ ਤੋਂ ਪਹਿਲਾਂ ਕਿ ਮੈਂ ਇਸ ਸਮਾਗਮ ਦੇ ਲਈ ਅਗਲੀਆਂ ਬੇਨਤੀਆਂ ਕਰਾਂ, ਦਿੱਲੀ ਸਿੱਖ ਗੇਮਸ ਜਿਹੜੀਆਂ ਨੇ ਜਪ ਜਾਪ ਸੇਵਾ ਟਰੱਸਟ ਵੱਲੋਂ ਕਰਵਾਈਆਂ ਜਾ ਰਹੀਆਂ ਨੇ 22 ਦਸੰਬਰ ਤੋਂ ਲੈ ਕੇ 25 ਦਸੰਬਰ ਤੱਕ, ਜਿਹਦਾ ਕਿ ਤਿਆਗਰਾਜ ਸਟੇਡੀਅਮ ਦੇ ਵਿਚਕਾਰ ਹੈ। ਪਹਿਲੀ ਵਾਰੀ ਇਤਿਹਾਸ ਦੇ ਵਿਚਕਾਰ ਦਿੱਲੀ ਸਿੱਖ ਗੇਮਸ ਹੋ ਰਹੀਆਂ ਨੇ, ਔਰ ਜਿਹੜੇ ਵੀ ਇਹਦੇ ਵਿਚਕਾਰ ਵਿਦਿਆਰਥੀ ਜਾਂ ਕੋਈ ਵੀ
हिस्सा लेना चाहते हैं वो कृपा करके बास स्टार लग्या उत्थे संपर्क कर सकते हैं। इस तो इलावा आने वाले दिनों दे विच 23 दिसंबर 2018 नूं वड्डे साहिबजादियां दे शहीदी पुरब गुरद्वारा दमदमा साहिब विखे मनाया जा रहा है। उस तो उपरंत 28 दिसंबर नूं छोटे साहिबजादियां दा पुरब जिहड़ा है हर साल की तरह गुरद्वारा माता सुंदरी विखे मनाया जाएगा। और इस बारी गुरु कलगीधर पातशाह के प्रकाश पुरब का नगर कीर्तन 6 जनवरी नूं गुरद्वारा काबगंज साहिब तो आरंभ होएगा और 13 जनवरी नूं भाई लखी शाह बंजारा हाल के गुरु कलगीधर पातशाह का प्रकाश पुरब अमृत वेले तो लैके देर रात तक मनाया जाएगा। संगत अगे बेनती है डेटा नूं आप कृपा करके नोट करन दी कृपालता करो। हुण मैं बेनती करन जा रहा भाई साहब भाई लखविंदर सिंह जी नूं अज दे समागम दे विच मेरे वीर जतेंद्र सिंह जी गोल्डी अमरजीत सिंह जी पिंकी इंद्रजीत सिंह जी मोंटी साबका मैंबर दिल्ली गुरुद्वारा कमेटी हाजरियां पा रहे ने सारियां नूं जी आया। आओ कीर्तन की हाजरी में जुड़िए। धन धन गुरु तेग बहादुर साहब सच्चे पातशाह जिन्होंने गुरु कलगीधर पातशाह ने कहा दी तेग बहादुर सिमरीए कर नौ ने दयावे ताए श्री हर कृष्ण ते आईए जिस जिठे सब दुख जाए। आओ बाणी ना जुड़िए और इस तो वड्डी होर कोई श्रद्धांजलि हो नहीं सकती गुरु साहब लई उन्हां लई प्यार ते सत्कार जो सतगुरां ने कीता असी बाणी नाल जुड़िए। मैं बेनती करांगा भाई साहब भाई लखविंदर सिंह जी 11 बजे तक आप जी नूं रब्बी बाणी इलाही बाणी नाल निहाल करनगे भाई साहब भाई लखविंदर सिंह जी हजूरी रागी श्री दरबार साहिब। वाहे गुरु वाहे वाहे सतनाम करता पुरख निर्भो निर्वैर अकाल मूरत अजूनी सभं गुरु प्रसाद दंडौत बंधन अनक बार सर्व करा सर्व करा समरथ डोलन ते राखो प्रभु नानक दे करहत तू मेरो मेर पर्वत स्वामी तू तू मेरो मेर पर्वत स्वामी ओट गही मैं तेरी ना तुम डोलो
ना हम गिरते रख ली हर मेरी ना तुम डोलो ना हम गिरते रख ली हर मेरी आनंद गुण निधा तन तन गरीब निवाज गरीब निवाज गरीब निवाज गरीब निवाज पहला मरण कबूल पहला मरण कबूल पहला मरण कबूल पहला मरण कबूल जीवन की छटियास जीवन की छटियास पहला मरण कबूल पहला कबूल हो सपना की रेण का हो सपना की जीवन की छटियास पहला मरण कबूल पहला मरण कबूल हो सपना की सबना की रेण का हाँ रेण का हो सबना की Oh, something like that.
सपना 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 की सपना की रेणुका तव हमार बस तव हमार बस मरण कबूल जीवन की छठियास जीवन की छठियास पहला मरण कबूल पहला मरण पहला कबूल 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 मरण मुन सा सूर्या हक है जो होगे मरण परवानो मरण मुन सा सूर्या हक है जो होए मरण परवानो मरण मुन सा सूर्य हक है जो होए मरण परवानो जो होए मरण परवानो सूर्य हक है जो होए मरण परवानो सुरे से आ गए अखिया
है जो मरण परवान
ਜੇ ਹੋਏ ਮਰੇ ਪਰਵਾਨੋ
जिसनों तेरी नजर ना देखा पूछिए ना देखा पूछिए जिसनों तेरी नजर ना लेखा पूछिए ना लेखा पूछिए ना लेखा पूछिए ना लेखा पूछिए जिसनों तेरी नजर ना देखा पूछिए ना देखा पूछिए तू रखवाला
ਇਸ ਮੁਖੀ ਉਜਲਾ ਜਿਸਨੂੰ ਤੇਰਾ ਅੰਗ ਸੋ ਨਿਰਮਲੀ ਹੋ ਨਿਰਮਲਾ ਜਿਸਨੂੰ ਤੂੰ ਪ੍ਰਭ ਵੱਲ ਤਿਸ ਕਿਆ ਮੋ ਛੰਦਗੀ ਜਿਸਨੂੰ ਤੇਰੀ ਮਿਹਰ ਸੋ ਤੇਰੀ ਬੰਦਗੀ ਜਿਸਨੂੰ ਤੇਰੀ ਨਦਰ ਨਾਲੇ ਕਾ ਪੁੱਛੀਏ ਨਾਲੇ ਕਾ ਪੁੱਛੀਏ ਜਿਸਨੂੰ ਮੂਰਖ ਨਿਲਾਜ ਰੇ ਕਿਉਂ ਨਾ ਹਰ ਕੋ ਨਾਮ ਲੇ ਮੂਰਖ ਨਿਲਾਜ ਰੇ ਕਿਉਂ ਨਾ ਹਰ ਕੋ ਨਾਮ ਲੇ ਮੂਰਖ ਨਿਲਾਜ ਰੇ ਮੂਰਖ ਨਿਲਾਜ ਰੇ ਮੂਰਖ ਨਿਲਾਜ ਰੇ ਮੂਰਖ ਨਿਲਾਜ ਰੇ ਕਿਉਂ ਨਾ ਹਰ ਕੋ ਨਾਮ ਲੇ ਮੂਰਖ ਨਿਲਾਜ ਰੇ ਕਿਉਂ ਨਾ ਹਰ ਕੋ ਨਾਮ ਲੇ ਬੀਤ ਜਾਏ ਜਨਮ ਕਾਜ ਰੇ ਬੀਤ ਜਾਏ ਜਨਮ ਕਾਜ ਰੇ ਜਨਮ ਕਾਜ ਰੇ ਜਨਮ ਕਾਜ ਰੇ ਜਨਮ ਜਨਮ ਕਾਜ ਰੇ ਕਿਉਂ ਨਾ ਹਰ ਕੋ ਨਾਮ ਲੇ ਮੂਰਖ ਨਿਲਾਜ ਰੇ ਕਿਉਂ ਨਾ ਹਰ ਕੋ ਨਾਮ ਲੇ ਮੂਰਖ ਨਿਲਾਜ ਰੇ ਕਿਉਂ ਨਾ ਹਰ ਕੋ ਨਾਮ ਲੇ ਦੇਨ ਸੁਣ ਕੇ ਪ੍ਰਾਣ ਸਮਝਤ ਮੇਰੀ ਜੋ ਨਿਸ ਦਿਨ ਸੁਣ ਕੇ ਪ੍ਰਾਣ ਸਮਝਤ ਨਹਿਰ ਸਮਝਤ ਨਹਿਰ ਅਜਾ
समझत नहरे समझत नहरे अजा निस दिन समझत मेरे अजा काल तो पहुंचो कहा जय भजरे काल तो पहुंचो कहा जय भजरे मूर्ख निलाज रे 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 राम भगत ही आया छाड़ दे ते मन को नानक जन ए है बखान जग में विराज रे क्यों ना हर को नाम ले मूर्ख निलाज रे मूर्ख निलाज रे मूर्ख निलाज रे मूर्ख निलाज रे क्यों ना हर को नाम ले मूर्ख निलाज रे क्यों ना हर को नाम ले क्यों ना हर को नाम ले हर को नाम ले ए वन जारे सिख आम दे वन जारे सिख आम दे वन जारे सिखियाम दे शब्द लंगावन हार शब्द लंगावन हार शब्द लंगावन हार
ਜਾਰੇ ਸਿੱਖਿਆ ਦੇ ਵਣ ਜਾਰੇ ਵਣ ਜਾਰੇ ਸਿੱਖਿਆ ਦੇ ਬਣ ਜਾ ਰੇ
ਸਿਫਤ ਆਉਂਦੇ ਸਿਰ ਨਾ ਦੀਆ ਸੀਸ ਦੀਆ ਪਰ ਸਿਰ ਨਾ ਦੀਆ ਧਰਮ ਹੇਤ ਸਾਕਾ ਜਿਨ ਕੀਆ ਧਰਮ ਹੇਤ ਸਾਕਾ ਜਿਨ ਕੀਆ ਸੀਸ ਦੀਆ ਪਰ ਸਿਰ ਨਾ ਦੀਆ ਸੀਸ ਦੀਆ ਪਰ ਸਿਰ ਨਾ ਦੀਆ ਤਿਲਕ ਚੰਜੂ
सिरर ना दिया। कोटान कोटान कोट शुक्र साहिब श्री गुरु ग्रंथ साहिब जी का जिन्हां दी अपार बख्शिश कृपा मेहरामत सदका गुरु चरणा दी हाजरी भरन दा सुभाग प्राप्त होया धन धन पातशाह साहिब श्री गुरु तेग बहादुर साहिब जी दे पावन शहीदी दिहाड़े नूं मनाउंदिआं होया गुरु के चरणा दी हाजरी गुरु अस्थान दी हाजरी भरन दा सुभाग प्राप्त होया समूह दिल्ली सिख गुरद्वारा प्रबंधक कमेटी सारे गुरमुखां नूं सतगुरु चढ़दी कला बख्शन सेवा सिमरन की दात इसे तरह सतगुरु नाम बाणी नाल प्यार बख्शन आप सारिया संगतां दा बहुत बहुत धन्यवाद सतगुरु कृपा करन सब नू चढ़दी कला सेवा सिमरन की दात नाम बाणी नाल प्यार इतनी सेवा प्रवान कर लैनी कीर्तन करदे आं हाजरियां भरदियां होईयां फुल्लां दी खिमा अगला प्रोग्राम बड़े प्यार दे नाल आप गुरमुखां पासों सरवण करो जी कीर्तन की समाप्ति है सारे गज के आखो जी वाहेगुरु जी खालसा वाहेगुरु जी की फतेह। बहुत बहुत धन्यवाद भाई साहब भाई लखविंदर सिंह जी और उन्होंने साथियों का हजूरी रागी श्री दरबार साहब जिन्होंने रब्बी बाणी इलाही बाणी के कीर्तन के नाल संगत को निहाल किया है। हुण बड़े अदब ते सत्कार नाल मैं बेनती करन जा रहा हाँ आज दे समागम दे संपूर्णता दे शब्द भाई साहब भाई मनप्रीत सिंह जी कानपुरी अते उन्हां दे साथी पहुँच चुके ने वो आप जी नूं निरंतर 12:15 तक रबी बाणी इलाही बाणी नाल निहाल करनगे। धन धन गुरु तेग बहादुर साहब सच्चे पातशाह अगर गुरु साहिब दे जीवन ते इतिहास ते चाती मारीे केवल एक दो मिनट जिनी देर भाई साहब साज सजा रहे ने गुरु कलगीधर पातशाह ते गुरु तेग बहादुर साहिब दे जीवन दे विच अगर असी चाती मारीे ते केवल 2.5 साल का समा है जो पिता ते पुत्र दे रूप विच उन्हां नूं प्राप्त होया। 1666 गुरु कलगीधर पातशाह का प्रकाश पटना की धरती ते और 1675 गुरु तेग बहादुर साहिब की इस संसार तो शहादत है। और उस समय के विचकार जो गुरु कलगीधर पातशाह उन्होंने जीवन बारे अपने जीवन काल के अंदर जिहड़े अखर कह गए ने तिलक जंजू राखा प्रभताका इस बाणी की इस साहित्य नू किन्ना कु असी इतिहास की पड़चोल करके वेखीए गुरु नानक साहब सच्चे पातशाह ने जनेऊ पाया नहीं और 9वीं गुरु नानक जोत ने नई जनेऊ वास्ते
ਤਿਲਕ ਦੀ ਰਾਖੀ ਵਾਸਤੇ ਆਪਣਾ ਸੀਸ ਕੁਰਬਾਨ ਕਰ ਦਿੱਤਾ। ਇਹ ਇਤਿਹਾਸ ਦੇ ਵਿਚਕਾਰ ਗਵਾਹੀ ਹੈ। ਇੱਕ ਪਾਸੇ ਔਰੰਗਜ਼ੇਬ ਹੈ ਜਿਹਦੀ ਮਜ਼ਾਰ ਹੈ ਜਿੱਥੇ ਦੀਵਾ ਬਾਲਣ ਵਾਲਾ ਕੋਈ ਨਹੀਂ, ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਸ਼ਹੀਦੀ ਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਜਿੱਥੇ ਧੜ ਦਾ ਸੰਸਕਾਰ ਭਾਈ ਲੱਖੀ ਸ਼ਾਹ ਵੰਜਾਰਾ ਕਰਦੇ ਨੇ ਉਸ ਸਥਾਨ ਦੇ ਉੱਤੇ, ਔਰ ਤੀਸਰਾ ਸ਼ੀਸ਼ਗੰਜ ਸਾਹਿਬ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਜਿੱਥੇ ਸਾਹਿਬਾਂ ਦੇ ਸੀਸ ਦਾ ਸੰਸਕਾਰ ਹੁੰਦਾ। ਤਿੰਨੋਂ ਥਾਵਾਂ 'ਤੇ 24 ਘੰਟੇ ਗੁਰੂ ਕੇ ਲੰਗਰ ਚੱਲਣ ਡਏ ਨੇ, ਔਰ ਦੂਸਰੇ ਪਾਸੇ ਜ਼ੁਲਮ ਕਰਨ ਵਾਲੇ ਦੀ ਅੱਜ ਕੋਈ ਪਹਿਚਾਣ ਕਰਨ ਵਾਲਾ ਨਹੀਂ। ਇਹ ਦੁਨੀਆ ਦੇ ਇਤਿਹਾਸ ਨੂੰ ਬੜੀ ਵੱਡੀ ਦੇਣ ਹੈ। ਸੋ ਮੈਂ ਬੇਨਤੀ ਕਰਾਂਗਾ ਅੱਜ ਦੇ ਸਮਾਗਮ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਲੈ ਕੇ ਸੰਗਤਾਂ ਨੇ ਹੜ ਇੱਥੇ ਪੁੱਜਾ ਹੈ, ਹੁਣ ਵੀ ਸੰਗਤ ਇੱਥੇ ਹਾਜ਼ਰੀਆਂ ਭਰ ਰਹੀ ਹੈ ਭਾਈ ਲੱਖੀ ਸ਼ਾਹ ਵੰਜਾਰਾ ਹਾਲ ਦੇ ਵਿੱਚ। ਭਾਈ ਸਾਹਿਬ ਮੈਂ ਬੇਨਤੀ ਕਰਾਂਗਾ ਕਿ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦੇ ਧੜ ਦਾ ਸੰਸਕਾਰ ਹੁੰਦਾ ਉਸ ਸਥਾਨ 'ਤੇ ਅੱਜ ਭਾਈ ਲੱਖੀ ਸ਼ਾਹ ਵੰਜਾਰਾ ਵੀ ਉੱਦਾਂ ਹੀ ਯਾਦ ਕੀਤਾ ਜਾ ਰਿਹਾ ਜਿਹਨੇ ਆਪਣੇ ਘਰ ਨੂੰ ਅੱਗ ਲਗਾ ਕੇ ਗੁਰੂ ਦਾ ਸੰਸਕਾਰ ਕੀਤਾ ਹੈ। ਇਤਿਹਾਸ ਨੂੰ ਬਹੁਤ ਵੱਡੀਆਂ ਮਿਸਾਲਾਂ ਮਿਲੀਆਂ ਨੇ ਜਿਹੜੀਆਂ ਯਾਦ ਰੱਖਣ ਵਾਲੀਆਂ ਨੇ। ਸੋ ਆਓ 12:15 ਵਜੇ ਤੱਕ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ ਆਪ ਜੀ ਨੂੰ ਅੰਮ੍ਰਿਤਮਈ ਬਾਣੀ ਦੇ ਕੀਰਤਨ ਨਾਲ ਜੋੜਨਗੇ, ਔਰ ਇਹਨਾਂ ਬਾਰੇ ਮੈਂ ਹਮੇਸ਼ਾ ਇੱਕ ਸ਼ਬਦ ਕਹਿੰਦਾ ਵਾਂ, ਇਹ ਕੇਵਲ ਕੀਰਤਨ ਕਰਦੇ ਨਹੀਂ, ਇਹ ਕੀਰਤਨ ਨਾਲ ਕਰਾਉਂਦੇ ਵੀ ਨੇ। ਆਓ ਰਲ ਕੇ ਕੀਰਤਨ 'ਚ ਜੁੜ ਜਾਈਏ। ਅੱਜ ਭਾਈ ਸਾਹਿਬ ਜੀ ਨੂੰ ਵੀ ਲੱਗੇ ਕਿ ਕੀਰਤਨ ਮੈਨੂੰ ਘੱਟ ਕਰਨਾ ਪਿਆ, ਸੰਗਤ ਨੇ ਜ਼ਿਆਦਾ ਕੀਤਾ। ਸੋ ਆਓ ਜੀ ਆਇਆਂ ਕਹਿੰਦੇ ਹੋਏ ਅੱਜ ਦੇ ਇਸ ਦੀਵਾਨ ਦੇ ਵਿਚਕਾਰ ਆਪਾਂ ਇਹਨਾਂ ਕੋਲੋਂ ਕੀਰਤਨ ਵੀ ਸਰਵਣ ਕਰਨਾ, ਉਸ ਤੋਂ ਬਾਅਦ ਅਨੰਦ ਸਾਹਿਬ ਜੀ ਦੇ ਪਾਠ ਨਾਲ ਜੋੜ ਕੇ ਅਸੀਂ ਸਾਰਿਆਂ ਨੇ ਅਰਦਾਸ ਵਿੱਚ ਜੁੜਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ
Hey, hey, hey.
मेरे सतगुरा मैं तुझ बिन अवध न कोए 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 मेरे सतगुरा मैं तुझ बिन अवध न कोए मैं तुझ बिन अवध न कोए मेरे सतगुरा मेरे सतगुरा मेरे सतगुरा मैं तुझ बिन अवध न कोए 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 हम रख मुग्ध शरणागति
ਸਤਿਗੁਰਾ ਮੇਰੇ ਸਤਿਗੁਰਾ ਮੈਂ ਤੁਝ ਬਿਨੀ ਅਵਧ ਨਾ ਕੋਏ ਮੈਂ ਤੁਝ ਬਿਨੀ ਅਵਧ ਨਾ ਕੋਏ ਸਤਿਗੁਰਾ ਮੇਰੇ ਸਤਿਗੁਰਾ ਮੈਂ ਤੁਝ ਬਿਨ ਅਵਧ ਨਾ ਕੋਏ ਮੇਰੇ ਸਤਿਗੁਰਾ ਮੇਰੇ ਸਤਿਗੁਰਾ ਮੈਂ ਤੁਝ ਬਿਨ ਅਵਧ ਨਾ ਕੋਏ ਪ੍ਰੀਤਮ ਮਿਲੇ ਕਾਰੀਆ ਮੈਂ ਮਨ ਬਿਰਗੋ ਅਤਿ ਅਗਲਾ ਕਿਉਂ ਪ੍ਰੀਤਮ ਮਿਲੇ ਕਾਰੀਆ ਸਜਣਾ ਜੈ ਪੁੱਛਾਂ ਜੈ ਪੁੱਛਾਂ ਤਿੰਨ ਸਜਣਾ ਪ੍ਰਭ ਕਿਤ ਵਿਦ ਮਿਲੇ ਮਿਲਾ ਪ੍ਰਭ ਕਿਤ ਵਿਦ ਮਿਲੇ ਮਿਲਾ ਸਤਿਗੁਰ ਦਾਤਾ ਦਾਤਾ ਸਤਿਗੁਰ ਦਾਤਾ ਹਰ ਨਾਮ ਦਾ ਪ੍ਰਭ ਆਪ ਮਿਲਵੇ ਸੋਏ ਸਤਿਗੁਰ ਦਾਤਾ ਹਰ ਨਾਮ ਦਾ ਪ੍ਰਭ ਆਪ ਮਿਲਵੇ ਸੋਏ
ਸਤਿਗੁਰ ਦਾਤਾ ਸਤਿਗੁਰ ਦਾਤਾ ਹਰ ਨਾਮ ਕਾ ਹਰ ਨਾਮ ਕਾ ਦਾਤਾ ਦਾਤਾ ਸਤਿਗੁਰ ਦਾਤਾ ਹਰ ਨਾਮ ਕਾ ਪ੍ਰਭ ਆਪ ਮਿਲਾਵੇ ਸੋ ਆਹ
ਨਜ਼ਰ ਨਾ ਕੋਏ, ਮੈਂ ਤੁਝ ਬਿਨ ਅਵਰ ਨਾ ਕੋਏ, ਮੇਰੇ ਸਤਿਗੁਰਾ ਰੱਟ ਕਿਨੇ ਨਾ ਪਾਇਆ, ਕਰ ਉਪਾ ਥੱਕੇ ਸਭ ਕੋ, ਸਹਿਜ ਸਿਆਣਪ ਕਰ ਰਹੇ ਮਨ ਕੋ ਰੇ ਰੰਗ ਨਾ ਹੋ, ਕੂੜ ਕਪਟ ਕਿਨੇ ਨਾ ਪਾਇਆ, ਕੂੜ ਕਪਟ ਕਿਨੇ ਨਾ ਪਾਇਓ, ਜੋ ਵੀ ਜੈ ਖਾਵੇ ਸੋ ਸਭਨਾ ਤੇਰੀ ਆਸ ਪ੍ਰਭ, ਸਭ ਜੀ ਤੇਰੇ ਤੂੰ ਦਾਸ, ਸਭਨਾ ਤੇਰੀ ਆਸ ਪ੍ਰਭ, ਸਭ ਜੀ ਤੇਰੇ ਤੂੰ ਦਾਸ, ਪ੍ਰਭ ਰੱਬ ਤੋਂ ਖਾਲੀ ਕੋ ਨਹੀਂ, ਦਰ ਦਰ ਮੁਖਾਂ ਨੂੰ ਸਭ ਸਤਿਗੁਰਾ ਮੈਂ ਤੁਝ ਬਿਨ ਅਵਰ ਨਾ ਕੋਏ,
हम मूर्ख मुख दे शरणागति मैं तुझ बिन और न कोए मेरे सतगुरा मेरे सतगुरा मैं तुझ बिन और न कोए 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 मेरे सतगुरा
सतगुरा मेरे सतगुरा मेरे सतगुरा मेरे सतगुरा हम रख मुगद शरणागति कर कृपा कर कृपा कर कर कृपा मिले हर सो जाइए प्रभु के तर तोदनु छोड़ जाइए प्रभु के तर वाहिगुरु 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 हाँ तुदनु छोड़ जाइए प्रभु के तर तुदनु छोड़ जाइए प्रभु के तर धन गुरु तेग बहादुर सर 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 धन गुरु तेग हाँ जाइए प्रभु के तर तोदनु छोड़ जाइए प्रभु के तर आनना पिया तेरी संसद आनना प्रभु के तार हर हर
Hargro, 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 जइए प्रभु के तर तुदन छोड़, जइए प्रभु के तर किसकी कान साकत पूला फिरे देवा, तेरे सेवक को किसकी कान साकत पूला फिरे देवा, तुदन छोड़ जइए प्रभु के तर, तुदन छो जइए प्रभु के तर, आन नबिया तेरी संसर द्वितीये मता तो मन पहुँचाऊं, प्रथमे मता जे पत्ती बिचला प्रभु तू ही ते आया, प्रीति ये
ਵਿੱਚ ਕਰਾਂ ਪਾਰਿਆ ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਆਇਆ ਮੈਂ ਸਭ ਕਿਛ ਛੋੜ ਦੁਸ਼ਮਨ ਦੂਤ ਮੂਏ ਸੁਖ ਪਾਇਆ ਦੁਸ਼ਮਨ ਦੂਤ ਮੂਏ ਸੁਖ ਪਾਇਆ ਦਿਆ ਉਪਦੇਸ਼ ਸਤਿਗੁਰ ਮੋਕਾ ਦਿਆ ਉਪਦੇਸ਼ ਜੀਓ ਪਿੰਡ ਸਭ ਹਰਿ ਕਾ
ਕਰੀ ਜੋ ਕਿਛ ਕਰੀ ਹਾਂ ਸੋ ਤੇਰਾ ਤਾਣ ਜੋ ਕਿਛ ਕਰੀ ਸੋ ਤੇਰਾ ਤਾਣ ਤੂੰ ਮੇਰੀ
ਸਾਕਤ ਪੂਲਾ ਫਿਰੇ ਬੇਵਾਨ ਤੇਰੇ ਸੇਵਕ ਕੋ ਕਿਸ ਕੀ ਕਾਨ ਸਾਕਤ ਪੂਲਾ ਰਾਖ ਲਗਨ ਕਲਾਏ ਜਹ ਕਹਿਰਾਖ ਲਗਨ ਕਲਾਏ ਤੇਰੀ ਵੱਡਿਆਈ ਹਾਂ ਤੇਰੀ ਵੱਡਿਆਈ ਕਹੀ ਨਾ ਜਾ ਨਾਨਕ ਦਾਸ ਤੇਰੀ ਸ਼ਰਨਾਈ ਪ੍ਰਭ ਰਾਖੀ ਪੈਜ ਵੱਡੀ ਵਾਰਾਈ ਪ੍ਰਭ ਰਾਖੀ ਸੰਸਰ ਆਨੰਦ ਪੀਆ ਤੇਰੀ ਸੰਸਰ ਤੁਧਨੋ ਛੋਟ ਜਾਈਏ ਪ੍ਰਭ ਕੈ ਤਰ ਤੁਧਨੋ ਛੋਟ ਜਾਈਏ ਪ੍ਰਭ ਕੈ ਤਰ ਜਾਈਏ ਪ੍ਰਭ ਕੈ ਜਾਈਏ ਪ੍ਰਭ ਕੇ ਧਰ ਮੈਨੂੰ ਪਤਾ ਟਾਈਮ ਬਹੁਤ ਹੋ ਗਿਆ ਤੁਸੀਂ ਬਹੁਤ ਦੇਰ ਦੇ ਬੈਠੇ ਹੁੰਦੇ ਹੋ ਅਸੀਂ ਤੇ ਆਪਣੇ ਟਾਈਮ ਤੇ ਹੀ ਕੀਰਤਨ ਕਰਦੇ ਹਾਂ ਪਰ ਬੜਾ ਜੀ ਕਰਦਾ ਹੈ ਕਿ ਜਿਹੜਾ ਸ਼ਬਦ ਗਾਈਏ ਉਹਦੇ ਵਿੱਚ ਆਪ ਜੀ ਇਨਵੋਲਵ ਹੋ ਜਾਓ ਕਿਉਂਕਿ ਸ਼ਬਦ ਕੋਈ ਗੀਤ ਨਹੀਂ ਟਿਕਾ ਨੂੰ ਲਿਆਉਣਾ ਬੜਾ ਔਖਾ ਹੋ ਜਾਂਦਾ ਅੱਧਾ ਕੁ ਘੰਟਾ ਤਾਂ ਸਾਜ਼ਾਂ ਆਵਾਜ਼ਾਂ ਨੂੰ ਸੈੱਟ ਕਰਨ ਵਿੱਚ ਹੀ ਨਿਕਲ ਜਾਂਦਾ
ਫਿਰ ਜਦੋਂ ਟਾਈਮ ਆਵੇ ਤੇ ਆਪ ਜੀ ਦਾ ਸਮਾਂ ਬਹੁਤ ਜ਼ਿਆਦਾ, ਤੁਸੀਂ ਬੜੀ ਦੇਰ ਦੇ ਬੈਠੇ ਹੋ, ਪਰ ਮੈਂ ਤੇ ਆਪਣੀ ਭੁੱਖ ਪੂਰੀ ਕਰਨੀ ਹੈ, ਦੋ ਕਲੈਣਾ ਤੁਹਾਡੇ ਕੋਲ ਮੈਂ ਆਪ ਵੀ ਗਵਾਉਣੀਆਂ ਨੇ, ਆਪ ਵੀ ਗਾਣੀਆਂ ਵੀ ਨੇ। ਸ਼ਬਦ ਬਹੁਤ ਮਿੱਠਾ ਹੈ, ਇੱਕ ਇੱਕ ਅੱਖਰ ਕਮਾਲ ਕਰ ਰਿਹਾ ਸੀ, ਕਹਿ ਕੀ ਰਿਹਾ ਸੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ, ਤੈਨੂੰ ਛੱਡ ਕੇ ਮੈਂ ਜਾਵਾਂ ਕਿਹੜੇ ਹੋਰ ਘਰ, ਤੇਰੇ ਬਰਾਬਰ ਕੋਈ ਹੋਵੇ ਤੇ ਮੈਂ ਜਾਵਾਂ, ਤੇਰੇ ਬਰਾਬਰ ਤੇ ਕੋਈ ਹੈ ਹੀ ਨਹੀਂ। ਦੇਖੋ ਬਾਤ ਕੀ ਹੈ ਦਿੱਲੀ ਵਾਲਿਓ, ਤੁਸੀਂ ਤੇ ਰੋਜ਼ ਪ੍ਰਤੱਖ ਦੇਖਦੇ ਹੋ ਸ਼ੀਸ਼ਗੰਜ ਨੂੰ, ਤੁਹਾਡੀਆਂ ਤੇ ਅੱਖਾਂ ਗਿੱਲੀਆਂ ਹੋਣੀਆਂ ਚਾਹੀਦੀਆਂ ਨੇ ਇਸ ਧੁੱਖ ਤੇ। ਤੁਦ ਨੂੰ ਛੋੜ, ਕਈਆਂ ਦਾ ਰੁਟੀਨ ਹੈ, ਉਹ ਛੱਡ ਹੀ ਨਹੀਂ ਸਕਦੇ ਦਰ, ਜਾਂਦੇ ਹੀ ਜਾਂਦੇ ਨੇ। ਤੁਹਾਡੇ ਕੋਲ ਤੇ ਪ੍ਰਤੱਖ ਸਥਾਨ ਹੈ, ਠੀਕ ਹੈ, ਦੂਰ ਵਾਲਾ ਤੇ ਸੁਰਤ ਨਾਲ ਆ ਸਕਦਾ ਸ਼ੀਸ਼ਗੰਜ ਸਾਹਿਬ, ਤੁਹਾਨੂੰ ਤੇ ਇਹਨਾਂ ਅੱਖਾਂ ਨਾਲ ਵੀ ਵੇਖਣ ਨੂੰ ਮਿਲਦਾ ਸ਼ੀਸ਼ਗੰਜ ਸਾਹਿਬ, ਵਾਈਬ੍ਰੇਸ਼ਨ ਮਹਿਸੂਸ ਕਰਨ ਵਾਸਤੇ ਮਿਲਦੀ ਹੈ ਤੁਹਾਨੂੰ, ਨਿੱਘ ਮਹਿਸੂਸ ਕਰਨ ਵਾਸਤੇ ਮਿਲਦੀ ਹੈ ਤੁਹਾਨੂੰ, ਤੇ ਗੱਜ ਕੇ ਗਾਣਾ ਚਾਹੀਦਾ। ਤੁਧ ਨੂੰ ਛੋੜ ਜਾਈਏ ਪ੍ਰਭ ਕਹਿ ਤਾਰ, ਆਨ ਨਾ ਵੀ ਆ ਤੇਰੀ ਸੰਸਰ, ਬੜਾ ਸੌਖਾ ਸੀ ਗਾ ਜਾਣੇ, ਮੈਂ ਆਪਣੇ ਆਪ ਨੂੰ ਵੀ ਵਿੱਚ ਹੀ ਲੈਣਾ, ਬਹੁਤ ਸੌਖਾ ਗਾ ਜਾਣੇ। ਕਿੰਨੇ ਪ੍ਰੇਮ ਦੀ ਬਾਤ ਹੈ, ਕਿੰਨੇ ਦਿਲੋਂ ਮੁਹੱਬਤ ਦੀ ਬਾਤ ਹੈ, ਜਿਹਨੂੰ ਅਸੀਂ ਬੜੇ ਸੁਖੈਨ ਤਰੀਕੇ ਨਾਲ ਲੰਘਾ ਜਾਂਦੇ ਹਾਂ, ਬੜੇ ਸੁਖੈਨ ਤਰੀਕੇ ਨਾਲ। ਮੈਂ ਜ਼ਿਆਦਾ ਨਹੀਂ, ਮੈਂ ਤੁਹਾਨੂੰ ਦੋ ਤੁੱਕਾਂ, ਇੱਕ ਪੈਰਾ ਲਾਸਟ ਆ ਲੈਣਾ, ਸਾਰੇ ਮੇਰੇ ਨਾਲ ਗਾਓ। ਔਰ ਮੈਂ ਤਾਂ ਨਹੀਂ ਕਥਾ ਵਿੱਚ ਕਰਦਾ, ਮੇਰਾ ਮਨ ਹੁੰਦਾ ਘੰਟਾ ਤੇ ਹੈ, ਇੱਕ ਘੰਟਾ ਜਲਦੀ ਬੀਤ ਜਾਏਗਾ, ਤੂੰ ਜਲਦੀ ਜਲਦੀ ਸ਼ਬਦ ਸੁਣਾ ਦੇ, ਜਿੰਨੇ ਜ਼ਿਆਦਾ ਹੋ ਜਾਣ ਸ਼ਬਦ ਸੁਣਾ। ਪਰ ਮੈਨੂੰ ਇਹ ਵੀ ਪਤਾ ਹੈ ਕਿ ਤੁਕਾਂ ਦਾ ਕਈ ਵਾਰੀ ਬੱਚਿਆਂ ਨੂੰ ਅਰਥ ਨਹੀਂ ਪਤਾ ਲੱਗਦਾ ਤੇ ਉਹ ਨਾਲ ਗਾਉਂਦੇ ਹੀ ਨਹੀਂ, ਫਿਰ ਉਹ ਇਹੀ ਕਹਿੰਦੇ ਨੇ ਮੈਨੂੰ ਤੇ ਉਹੀ ਸ਼ਬਦ ਚਾਹੀਦਾ ਜਿਹੜਾ ਮੈਂ ਸੁਣਿਆ ਹੋਇਆ, ਮੈਨੂੰ ਤੇ ਉਹੀ ਚਾਹੀਦਾ ਜਿਹੜਾ ਮੈਂ ਰੋਜ਼ ਸੁਣਨਾ। ਸਾਡਾ ਇਹ ਚਾਹ ਹੁੰਦਾ ਕਿ ਗੁਰਪੁਰਬ ਹੈ ਸੱਚੇ ਪਾਤਸ਼ਾਹ, ਸਾਡੀ ਭਾਵਨਾ ਜਾਗੇ, ਕੁਛ ਕੁਛ ਅੱਗੇ ਤੁਰਦੇ ਰਹੀਏ, ਕੁਛ ਕੁਛ ਅੱਗੇ ਤੁਰਦੇ ਰਹੀਏ, ਕੁਛ ਪਿਛਲਾ ਖਾਈਏ, ਕੁਛ ਅਗਲਾ ਪਕਾਈਏ, ਕੁਛ ਪਿਛਲਾ ਖਾਈਏ। ਸੱਚੇ ਪਾਤਸ਼ਾਹ ਰੋਜ਼ ਰੋਜ਼ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਹਰੇਕ ਅੰਕ ਦੇ ਦਰਸ਼ਨ ਕਰਾਓ, ਕਿਉਂਕਿ ਹਰੇਕ ਇੱਕ ਇੱਕ ਅੱਖਰ ਵਿੱਚ ਰੱਬ ਜੀ ਦੀ ਬਾਤ ਹੈ, ਰੱਬ ਜੀ ਦਾ ਪਿਆਰ ਹੈ, ਦਰਗਾਹ ਜਾਣ ਦੀ ਟਿਕਟ ਹੈ ਇੱਕ ਇੱਕ ਅੱਖਰ। ਤੇ ਮੇਰੀ ਬੇਨਤੀ, ਜੇ ਸਮਾਂ ਹੋ ਗਿਆ ਹੈ, ਹੋ ਜਾਣਾ ਹੀ ਸੀ, ਹੋ ਜਾਣਾ ਸੀ, ਪਰ ਮੇਰੀ ਹੱਥ ਜੋੜ ਕੇ ਬੇਨਤੀ ਹੈ, ਇੱਕ ਅੰਤਰਾ ਅਸਥਾਈ ਮੇਰੇ ਨਾਲ, ਤੁਸੀਂ ਜਾਣ ਦਾ ਮਨ ਹੀ ਉਹਦਾ ਕਰੇਗਾ, ਕੀਰਤਨ ਤੋਂ ਉੱਠਣ ਦਾ ਮਨ ਹੀ ਉਹਦਾ ਕਰੇਗਾ ਜਿਹਨੇ ਤੁੱਕ ਨੂੰ ਨਹੀਂ ਸੁਣਿਆ, ਮੈਨੂੰ ਬਖਸ਼ ਲੈਣਾ। ਉਹੀ ਅਵੇਸਲਾ, ਉਹਦਾ ਹੀ ਮਨ ਦੌੜ ਰਿਹਾ ਜਿਹੜਾ ਨਾਲ ਨਹੀਂ ਗਾ ਰਿਹਾ। ਆਪਣੇ ਆਪਣੇ ਮਨ ਵਾਲਾ ਆਪਾਂ ਝਾਤੀ ਮਾਰੀਏ, ਸ਼ਬਦ ਵਿੱਚ ਕਿੰਨੀ ਕਿੰਨੀ ਦੂਰ ਦੌੜ ਕੇ ਆਇਆ, ਕਦੀ ਕੁਛ ਸੋਚ ਰਿਹਾ, ਕਦੀ ਕੁਛ ਸੋਚ ਰਿਹਾ, ਕਦੀ ਕੁਛ ਸੋਚ ਰਿਹਾ, ਟਿਕਦਾ ਹੀ ਨਹੀਂ। ਸਤਿਗੁਰੂ ਕਹਿੰਦੇ ਨੇ ਇਸ ਮਨ ਚੰਚਲ ਕੋ ਘੇਰ ਕੇ ਸਿਮਰੈ ਕਰਤਾਰਾ, ਮਨ ਰੇ ਥਿਰ ਰਹੋ ਮਤ ਕਤ ਜਾਈ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵੈ, ਘਰ ਅੰਮ੍ਰਿਤ ਘੱਟ ਮਾਈ ਜੀਓ, ਕਿੱਥੇ ਭਜਣਾ, ਰੋਕ ਕੇ ਰੱਖ ਇਹਨੂੰ। ਕਿਉਂ ਉੱਚੀ ਉੱਚੀ ਗਾਉਂਦੇ ਨੇ ਮਸਕੀਨ ਜੀ, ਕਹਿੰਦੇ ਉੱਚੀ ਗਾਉਂਦੇ ਹੀ ਇਸੇ ਲਈ ਆ, ਕਦੀ ਮਾਂ ਨੂੰ ਬੁਲਾਉਣ ਵਕਤ ਅਸੀਂ ਸਪੀਕਰ ਲਾਉਂਦੇ ਹਾਂ, ਕਦੀ ਨਹੀਂ ਲਾਉਂਦੇ, ਮੰਮੀ ਮੰਮੀ ਕਦੀ ਕਹਿੰਦੇ ਹਾਂ ਸਪੀਕਰ ਤੇ ਕਿ ਮਾਂ ਦੂਰ ਬੈਠੀ ਹੈ, ਅਸੀਂ ਤੇ ਬੜੇ ਸਹਿਜ ਨਾਲ ਬੁਲਾਉਂਦੇ ਹਾਂ। ਰੱਬ ਨੂੰ ਬੁਲਾਉਣ ਵਾਸਤੇ ਇੰਨੇ ਮਾਈਕ ਸਿਸਟਮ, ਇੰਨੇ ਦੀਵਾਨ ਲਾਉਣ ਦੀ ਕੀ ਲੋੜ ਹੈ, ਤੇਰੇ ਅੰਦਰ ਬੈਠਾ, ਪਰ ਜਿੰਨੀ ਅੰਦਰ ਬੈਠਾ ਸੁਰਤ ਵਿੱਚੋਂ ਉਨੀ ਜ਼ਿਆਦਾ ਦੂਰ ਗਿਆ ਹੈ। ਮਾਂ ਕੋਲ ਵਿਖਾਈ ਪੈਂਦੀ, ਸਾਰੇ ਰਿਸ਼ਤੇਦਾਰ ਕੋਲ ਵਿਖਾਈ ਪੈਂਦੇ, ਰੱਬ ਹੀ ਦੂਰ ਹੈ। ਮੈਂ ਨਾ ਕਥਾ ਕਰਾਂ ਕਿਉਂਕਿ ਕਥਾ ਮੇਰਾ ਵਿਸ਼ਾ ਨਹੀਂ ਹੈ, ਤੁਸੀਂ ਮੇਰੇ ਨਾਲ ਗਾ ਦਿਓ, ਮੈਨੂੰ ਬਸ ਇਸੇ ਲਈ ਮੈਂ ਬੋਲ ਰਿਹਾ ਜੀ, ਇਸੇ ਲਈ ਕਥਾ ਕਰ ਰਿਹਾ।
तुध नु छोड़ जाइए प्रभु कह तर। गाओ तुध नु छोड़ जाइए प्रभु कह तर, हाँ तुध नु छोड़ जाइए प्रभु कह तर, आन ना भी जाइए प्रभु के तर, तुध नु छोड़ जाइए के तर, आन न पिया तेरी संसार, जाइए प्रभु के तर, तुध नु छोड़ जाइए प्रभु के तर, तेरी वडियाई सब खाई